ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪੰਜਾਬ ਵਾਸੀਆਂ ਨੂੰ, ਚੈਨਲ ਪੰਜਾਬ ਵੈਦਰ 'ਤੇ ਤੁਹਾਡਾ ਸਭ ਦਾ ਬਹੁਤ ਸਵਾਗਤ ਹੈ ਜੀ। ਅਤੇ ਅੱਜ ਮੌਸਮ ਦੀ ਗੱਲ ਕਰਾਂਗੇ 28 ਨਵੰਬਰ ਦੀ, ਕਿ 28 ਨਵੰਬਰ ਨੂੰ ਜਿਹੜਾ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਰਹਿਣ ਵਾਲਾ, ਜਿਵੇਂ 26-27 ਨਵੰਬਰ ਨੂੰ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਜਿਹੜਾ ਮੀਂਹ ਦਰਜ ਕੀਤਾ ਗਿਆ, ਨਾਲ 1-2 ਸਥਾਨਾਂ 'ਤੇ ਗੜੇਮਾਰੀ ਵੀ ਹੋਈ ਹੈ। ਅਤੇ ਜਿਹੜਾ 28 ਨਵੰਬਰ ਆਪਾਂ ਸਵੇਰੇ ਦੇ ਤੜਕੇ ਦੀ ਗੱਲ ਕਰੀਏ, ਤਕਰੀਬਨ 2 ਵਜੇ ਤੋਂ ਲੈ ਕੇ 5 ਵਜੇ ਦੇ ਕਰੀਬ ਪੰਜਾਬ ਦੇ ਵੱਖ ਵੱਖ ਭਾਗਾਂ ਵਿੱਚ, ਮੇਨ ਤੌਰ 'ਤੇ ਜਿਹੜੇ ਕਹਿ ਸਕਦੇ ਆਪਾਂ ਪੰਜਾਬ ਦੇ 3 ਇਲਾਕੇ ਹਨ, ਉਹਨਾਂ ਵਿੱਚ ਜਿਹੜੀ ਵਰਖਾ ਦਰਜ ਕੀਤੀ ਗਈ ਆ, ਜਿਨ੍ਹਾਂ ਵਿੱਚ ਲੁਧਿਆਣੇ ਜ਼ਿਲ੍ਹੇ ਦੇ ਪੂਰਬੀ ਭਾਗ, ਖੰਨਾ, ਸਮਰਾਲਾ, ਮਾਛੀਵਾੜਾ ਸਾਹਿਬ, ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਦੇ ਇਲਾਕੇ, ਇਹ ਮੰਡੀ, ਗੋਬਿੰਦਗੜ੍ਹ, ਸੁਰਿੰਦਰ, ਜਿਹੜੇ ਇਲਾਕੇ ਨੇ, ਇਹਨਾਂ ਵਿੱਚ ਕੁਝ ਕੁ ਸਥਾਨਾਂ 'ਤੇ ਜਿਹੜੀ ਮੀਂਹ ਆ ਉਹ ਸਵੇਰ ਦੇ ਸਮੇਂ ਦਰਜ ਕੀਤਾ ਗਿਆ 28 ਨਵੰਬਰ ਨੂੰ। ਅਤੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਮੀਂਹ ਕਿਵੇਂ ਦਾ ਰਹੇਗਾ ਉਹ ਦੇਖਦੇ ਹਾਂ। ਜਿਵੇਂ ਵੀ ਇਹ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ, ਜਿਹੜਾ ਪੰਜਾਬ ਦਾ ਜਿਹੜਾ ਸਿਸਟਮ ਬਣਿਆ ਹੋਇਆ ਸੀਗਾ ਉਹ ਤਕਰੀਬਨ ਨਿਕਲ ਚੁੱਕਿਆ ਹੈ, ਅਤੇ ਪੰਜਾਬ ਵਿੱਚ ਜਿਹੜਾ ਮੌਸਮ ਸਾਫ਼ ਹੋਣ ਦੀ ਸਥਿਤੀਆਂ ਜਿਹੜੀਆਂ ਹੁਣ ਆਉਣ ਵਾਲੇ ਸਮੇਂ ਵਿੱਚ ਬਣਨਗੀਆਂ। ਪਰ 28 ਨਵੰਬਰ ਨੂੰ ਜਿਹੜਾ ਮੌਸਮ ਆ, ਜ਼ਿਆਦਾਤਰ ਪੂਰੀ ਤਰ੍ਹਾਂ ਖੁੱਲ੍ਹਣ ਦੀ ਉਮੀਦ ਫਿਲਹਾਲ ਨਹੀਂ ਹੈ। ਕਈ ਇਲਾਕਿਆਂ ਵਿੱਚ ਬੱਦਲਬਾਈ ਬਣੀ ਰਹੇਗੀ, ਕਈ ਇਲਾਕਿਆਂ ਵਿੱਚ ਹਲਕੀ ਧੁੱਪ ਰਹਿ ਸਕਦੀ ਹੈ। ਜਿਵੇਂ ਤੁਸੀਂ ਇਹ ਤਸਵੀਰ ਵਿੱਚ ਦੇਖ ਸਕਦੇ ਹੋ, ਜਿਹੜਾ ਬੱਦਲ ਨੇ ਹਲਕੇ ਹਲਕੇ ਟੁੱਟਵੇਂ ਰੂਪ ਵਿੱਚ ਪੰਜਾਬ ਵਿੱਚ ਛਾਏ ਰਹਿਣਗੇ, ਕਈ ਇਲਾਕੇ ਸਾਫ਼ ਵੀ ਰਹਿਣਗੇ। ਅਤੇ ਉਸ ਤੋਂ ਬਾਅਦ ਤਕਰੀਬਨ ਦੁਪਹਿਰ ਤੋਂ ਬਾਅਦ ਜੇ ਕਹੀਏ, ਪੰਜਾਬ ਦੇ ਜਿਹੜੇ ਇਲਾਕੇ ਹੋਣਗੇ 3 ਇਲਾਕੇ, ਇਹ ਸਾਰੇ, ਇਹਨਾਂ ਵਿੱਚ ਮੀਂਹ ਪੈਣ ਦੇ ਆਸਾਰ ਦੁਬਾਰਾ ਬਣ ਰਹੇ ਹਨ। ਹਾਂਜੀ, ਇਹਨਾਂ ਇਲਾਕਿਆਂ ਵਿੱਚ ਗੁਰਦਾਸਪੁਰ ਦੇ ਪਹਾੜੀ ਨਾਲ ਲੱਗਦੇ ਇਲਾਕੇ, ਇਸ ਤੋਂ ਇਲਾਵਾ ਹੁਸ਼ਿਆਰਪੁਰ, ਟਾਂਡਾ, ਜਲੰਧਰ ਦੇ ਉੱਤਰੀ ਭਾਗ, ਅਤੇ ਇਸ ਤੋਂ ਬਿਨਾਂ ਜਿਹੜਾ ਲੁਧਿਆਣੇ ਜ਼ਿਲ੍ਹੇ ਦੇ ਆਪਣੇ ਸਾਰੇ ਉੱਤਰੀ ਭਾਗ, ਅਤੇ ਇਸ ਤੋਂ ਇਲਾਵਾ ਕਹਿ ਸਕਦੇ ਆਪਾਂ ਵੀ ਖੰਨਾ, ਸਮਰਾਲਾ, ਮਾਛੀਵਾੜਾ ਸਾਹਿਬ, ਫਤਿਹਗੜ੍ਹ ਸਾਹਿਬ, ਰਾਹੋਂ ਏਰੀਆ, ਅਤੇ ਨਵਾਂਸ਼ਹਿਰ ਦੇ ਇਲਾਕੇ, ਅਨੰਦਪੁਰ ਸਾਹਿਬ, ਚੰਡੀਗੜ੍ਹ, ਖੈੜ, ਮੋਹਾਲੀ ਅਤੇ ਮੋਰਿੰਡੇ ਦਾ ਇਲਾਕਾ, ਅਤੇ ਇਸ ਤੋਂ ਬਿਨਾਂ ਜਿਹੜੇ ਕਹਿ ਸਕਦੇ ਹਾਂ ਪਟਿਆਲੇ ਦੇ ਕੁਝ ਭਾਗ, ਜਿਵੇਂ ਨਾਭਾ ਹੋ ਗਿਆ, ਰਾਜਪੁਰਾ ਹੋ ਗਿਆ, ਅਤੇ ਇਹਨਾਂ ਇਲਾਕਿਆਂ ਵਿੱਚ ਜਿਹੜਾ ਦੁਪਹਿਰ ਤੋਂ ਬਾਅਦ 1-2 ਸਥਾਨਾਂ 'ਤੇ ਜਿਹੜੀ ਚੰਗੀ ਬਰਸਾਤ ਪੈਣ ਦੇ ਆਸਾਰ ਬਣ ਰਹੇ ਹਨ। ਅਤੇ ਇਸ ਤੋਂ ਬਿਨਾਂ ਜਿਹੜੇ ਪੰਜਾਬ ਦੇ ਬਾਕੀ ਇਲਾਕੇ ਨੇ, ਜਿਹੜੇ ਕਹਿ ਸਕਦੇ ਆਪਾਂ ਇੱਧਰ ਵਾਲੇ ਸਾਰੇ ਪੱਛਮੀ ਇਲਾਕੇ, ਇਹਨਾਂ ਇਲਾਕਿਆਂ ਵਿੱਚ ਫਿਲਹਾਲ ਜਿਹੜੀ ਕਿਸੇ ਭਾਰੀ ਬਾਰਿਸ਼ ਦੀ ਉਮੀਦ ਨਹੀਂ ਹੈ। 1-2 ਸਥਾਨਾਂ 'ਤੇ ਜਿਹੜੀ ਹਲਕੀ ਛਿੱਟੇਦਾਰ ਵਰਖਾ ਹੋ ਸਕਦੀ ਹੈ, ਅਤੇ ਬੱਦਲਬਾਈ ਵੱਖ ਵੱਖ ਇਲਾਕਿਆਂ ਵਿੱਚ ਬਣੀ ਰਹੇਗੀ, ਨਾਲ ਧੁੱਪ ਵੀ 1-2 ਸਥਾਨਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਅਤੇ 28 ਨਵੰਬਰ ਨੂੰ ਜਿਹੜਾ ਮੌਸਮ ਹੈ, ਤਕਰੀਬਨ ਪੰਜਾਬ ਦਾ ਬੱਦਲਬਾਈ ਨਾਲ ਰਲਵਾਂ ਮਿਲਵਾਂ ਬਣਿਆ ਰਹੇਗਾ, ਪੂਰਬੀ ਹਵਾਵਾਂ ਚੱਲਦੀਆਂ ਰਹਿਣਗੀਆਂ, ਅਤੇ 29 ਨਵੰਬਰ ਤੋਂ ਇਹ ਉਮੀਦ ਕਰ ਸਕਦੇ ਹਾਂ ਵੀ ਜਿਹੜਾ ਪੰਜਾਬ ਦਾ ਮੌਸਮ ਹੈ ਸਾਫ਼ ਹੋਣਾ ਆਰੰਭ ਹੋ ਜਾਵੇਗਾ।